ਜੀ ਦੋਸਤੋ, ਅੱਜ ਗੱਲ ਕਰਦੇ ਹਾਂ ਜੀ ਪੀਟੀ ਫਾਈਨੈਂਸ ਬੋਰਡ ਨੇ ਕੀ ਅਪਡੇਟ ਦਿੱਤੀ। ਉਸ ਤੋਂ ਪਹਿਲਾਂ ਸੇਮ ਰੁਕਾ ਇਸ ਵੀਡੀਓ ਨੂੰ ਲਾਈਕ ਸ਼ੇਅਰ। ਅਗਰ ਤੁਸੀਂ ਕਿਸੇ ਵੀ ਕਮੈਂਟ ਦਿਓ ਜਾਂ ਨੋਟੀਫਿਕੇਸ਼ਨ ਆਪਣੇ ਫੋਨ 'ਤੇ ਚਾਹੁੰਦੇ ਹੋ ਤਾਂ ਚੈਨਲ ਨੂੰ ਜੀ ਸਬਸਕ੍ਰਾਈਬ ਕਰੋ। ਦੋਸਤ, ਜੇਲ੍ਹ ਵਾਰਡਰ ਦੀਆਂ ਇਹਦੇ ਕਾਉਂਸਲਿੰਗ ਵਾਸਤੇ ਸੱਦਿਆ ਤਾਂ ਕਦੋਂ ਸੱਦਿਆ ਤਾਂ 1-1-2024 ਤੋਂ 2-1-2024 ਤੱਕ, ਠੀਕ ਹੈ ਦੋਸਤੋ। ਪਰ ਇਹਨਾਂ 'ਚ ਜਿਹੜੇ ਬੱਚੇ ਆ ਨਹੀਂ ਪਾਏ ਜਾਂ ਐਬਸੈਂਟ ਹੋ ਗਏ ਉਹਨਾਂ ਨੂੰ ਦੁਬਾਰੇ ਮੌਕਾ ਦਿੱਤਾ ਗਿਆ ਇਸ ਅਪਡੇਟ 'ਚ। ਦੇਖੋ ਜੀ, ਉਕਤ ਕਾਉਂਸਲਿੰਗ ਵਿੱਚ ਗੈਰ ਹਾਜ਼ਰ ਰਹਿਣ ਵਾਲੇ ਉਮੀਦਵਾਰਾਂ ਨੂੰ ਮਿਤੀ 5-1-2024 ਨੂੰ ਕਾਉਂਸਲਿੰਗ ਲਈ ਸੱਦਾ ਦਿੱਤਾ ਜਾਂਦਾ ਹੈ। ਬਈ ਦੇਖੋ, 5 ਤਰੀਕ ਨੂੰ ਜੇਲ੍ਹ ਵਾਰਡਰ ਵਾਲੇ ਫਿਰ ਜਾ ਸਕਦੇ ਨੇ, ਕਾਉਂਸਲਿੰਗ ਕਰਾ ਸਕਦੇ ਨੇ ਆਪਣੀ, ਠੀਕ ਹੈ ਦੋਸਤੋ। ਆ ਦੇਖੋ, ਬਾਕੀ ਕਾਉਂਸਲਿੰਗ ਦੀਆਂ ਸ਼ਰਤਾਂ 27-12-2023 ਅਨੁਸਾਰ ਹੀ ਰਹਿਣਗੀਆਂ, ਠੀਕ ਹੈ। ਵਧੇਰੇ ਜਾਣਕਾਰੀ ਲਈ ਬੋਰਡ ਦੀ ਵੈਬਸਾਈਟ ਨੂੰ ਰੈਗੂਲਰ ਚੈੱਕ ਕਰਦੇ ਰਹਿਣ ਜਾਂ ਫਿਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਨੂੰ ਪ੍ਰੋਪਰ PTPLC ਬੋਰਡ ਦੀ ਅਪਡੇਟ ਮਿਲਦੀ ਰਹੇਗੀ। ਇਹ ਸੀ ਜੀ ਅਪਡੇਟ ਜੇਲ੍ਹ ਵਾਰਡਰ ਦੀ। ਜੇ ਵੀਡੀਓ ਵਧੀਆ ਲੱਗੀ ਤਾਂ ਦੋਸਤਾਂ ਨਾਲ ਸ਼ੇਅਰ ਕਰਨਾ, ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲੈਣਾ। ਮਿਲਦੇ ਹਾਂ ਜੀ ਅਗਲੀ ਵੀਡੀਓ 'ਚ, ਤਦ ਤੱਕ ਧੰਨਵਾਦ ਜੀ।